हर साल की तरह कैनेडा विच मशहूर पार्क्स के अंदर लाइटिंग फेस्टिवल शुरू हो गए ने। यह हैरिसन हॉट स्प्रिंग्स दी तस्वीरां ने जिथे लाइट बाय द लेक फेस्ट मौके बेहद खूबसूरती दे नाल हैरिसन लेक दुआले सजावट कीती गई है, जिथे परिवार शाम दे समय आके आनंद माण सकदे ने, फोटोज़ ते वीडियोज़ लईयां जा सकदियां ने ते खूबसूरत यादां इस थां दे उत्ते बनाईयां जा सकदियां ने, जिस मौके हैरिसन हॉट स्प्रिंग्स दीयां मशहूर चीज़ां नूं होर भी खूबसूरती दे नाल सजाया गया है। ते जिवें हुण दिन भी छोटे ने, छेती हनेरा हो जांदा है, ਤਾਂ ਅਜਿਹੇ ਵਿੱਚ ਦੇਰ ਸ਼ਾਮ ਤੱਕ ਇਸ ਥਾਂ ਦੇ ਉੱਤੇ ਵਧੀਆ ਸਮਾਂ ਬਤੀਤ ਕੀਤਾ ਜਾ ਸਕਦਾ ਹੈ। ਅਜਿਹਾ ਸਿਰਫ ਹੈਰਿਸਨ ਹੀ ਨਹੀਂ ਸਗੋਂ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਕੀਤਾ ਗਿਆ ਹੈ, ਜੋ ਰਾਤ ਦੇ 11 ਵਜੇ ਤੱਕ ਦਾ ਸਮਾਂ ਹੈ ਕਿ ਲਾਈਟਿੰਗ ਜਾਰੀ ਰਹਿੰਦੀ ਹੈ। ਜਿਵੇਂ ਕਿ ਹੈਰਿਸਨ ਦੇ ਵਿੱਚ ਜੋ ਇਹ ਲਾਈਟਿੰਗ ਫੈਸਟੀਵਲ ਹੈ ਉਸ ਵਾਸਤੇ ਕੋਈ ਵੀ ਟਿਕਟ ਨਹੀਂ ਹੈ, ਤਾਂ ਵੈਨਕੂਵਰ, ਸਰੀ, ਬਰਨਬੀ ਅਤੇ ਹੋਰ ਵੀ ਕਈ ਥਾਵਾਂ ਦੇ ਉੱਤੇ ਇਸ ਸਮੇਂ ਲਾਈਟਿੰਗ ਫੈਸਟੀਵਲ ਚੱਲ ਰਹੇ ਨੇ। ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਬੇਹੱਦ ਖੂਬਸੂਰਤੀ ਦੇ ਨਾਲ ਸਜਾਵਟ ਕੀਤੀ ਗਈ ਹੈ, ਜਿੱਥੇ ਜਾ ਕੇ ਇਹਨਾਂ ਫੈਸਟੀਵਲਸ ਦਾ ਆਨੰਦ ਮਾਣਿਆ ਜਾ ਸਕਦਾ ਹੈ। ਅਤੇ ਕਈ ਥਾਵਾਂ ਦੇ ਉੱਤੇ ਉੱਥੇ ਜਾਣ ਦੇ ਵਾਸਤੇ ਟਿਕਟ ਵੀ ਲੈਣੀ ਪੈਂਦੀ ਹੈ, ਪਰ ਜ਼ਿਆਦਾਤਰ ਥਾਵਾਂ ਦੇ ਉੱਤੇ ਮੁਫ਼ਤ ਵਿੱਚ ਹੈ ਕਿ ਤੁਸੀਂ ਉੱਥੇ ਪਰਿਵਾਰਾਂ ਦੇ ਸਮੇਤ ਜਾ ਕੇ ਉਸ ਫੈਸਟੀਵਲ ਦਾ ਆਨੰਦ ਮਾਣ ਸਕਦੇ ਹੋ। ਅਤੇ ਇਹ ਨਵੇਂ ਸਾਲ ਤੱਕ ਕੁਝ ਇਸ ਤਰ੍ਹਾਂ ਹੀ ਰਹਿਣ ਵਾਲਾ ਹੈ।